ਹੈਲੋ ਕੈਂਡੀਡੇਟਸ, ਵੈਲਕਮ ਟੂ ਗਿਆਨਮ। ਕੈਂਡੀਡੇਟਸ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀ ਐੱਸ ਟੈਟ ਆ ਚੁੱਕਿਆ ਹੈ, ਔਰ ਜੋ ਸਟੂਡੈਂਟ ਪੀ ਐੱਸ ਟੈਟ ਦੀ ਤਿਆਰੀ ਕਰ ਰਹੇ ਨੇ, ਖਾਸ ਕਰਕੇ ਉਹ ਸਟੂਡੈਂਟ ਜਿਨ੍ਹਾਂ ਨੇ ਸੈਕਿੰਡ ਪੇਪਰ ਦੇ ਵਿੱਚ ਆਪਣਾ ਸਬਜੈਕਟ ਸੋਸ਼ਲ ਸਾਇੰਸ ਫਿਲ ਕੀਤਾ ਹੈ, ਜਿਸ ਨੂੰ ਆਪਾਂ ਸਮਾਜਿਕ ਵਿਗਿਆਨ ਵੀ ਬੋਲ ਦਿੰਦੇ ਹਾਂ ਔਰ ਸੋਸ਼ਲ ਸਟੱਡੀ ਵੀ ਬੋਲ ਦਿੰਦੇ ਹਾਂ, ਤਾਂ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਕੁਝ ਸੋਸ਼ਲ ਸਟੱਡੀ ਦੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਆ ਚੁੱਕੇ ਕੁਐਸਚਨ ਬਾਰੇ ਡਿਸਕਸ਼ਨ ਕਰਾਂਗੇ, ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਨੇ। ਤਾਂ ਅੱਜ ਫਿਰ ਆਪਾਂ ਡਿਸਕਸ਼ਨ ਕਰੀਏ, ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ। ਭਾਰਤ ਦੇ ਵਿੱਚ ਅਰਥਾਤ ਭਾਰਤ ਦੇ ਵਿੱਚ ਜੋ ਰਾਜਨੀਤਿਕ ਦਲ ਨੇ, ਜਿਵੇਂ ਬੀ ਜੇ ਪੀ ਹੋ ਗਈ, ਕਾਂਗਰਸ ਹੋ ਗਈ, ਜਾਂ ਫਿਰ ਬਸਪਾ ਹੋ ਗਈ, ਜਾਂ ਫਿਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ, ਆਮ ਆਦਮੀ ਹੋ ਗਈ, ਮੀਨਸ ਕਿਸ ਤਰ੍ਹਾਂ ਦੀ ਪਾਰਟੀ ਪ੍ਰਣਾਲੀ ਹੈ, ਇੱਕ ਪ੍ਰਣਾਲੀ ਹੈ, ਦੋ ਪ੍ਰਣਾਲੀ ਹੈ, ਜਾਂ ਬਹੁ ਪ੍ਰਣਾਲੀ ਹੈ। ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਰਾਸ਼ਟਰੀ ਪਾਰਟੀਆਂ ਨੇ, ਤਾਂ ਇਸ ਲਈ ਇੱਥੇ ਕੀ ਹੈ, ਇੱਥੇ ਬਹੁ ਪ੍ਰਣਾਲੀ ਪ੍ਰਚਲਿਤ ਹੈ, ਬਹੁ ਪਾਰਟੀ ਪ੍ਰਣਾਲੀ ਇੱਥੇ ਕੀ ਹੈ, ਪ੍ਰਚਲਿਤ ਹੈ। ਤਾਂ ਬੜਾ ਈਜ਼ੀ ਇਹ ਕੁਐਸਚਨ ਹੈ, ਤਾਂ ਇਸਦਾ ਆਂਸਰ ਤੁਸੀਂ ਬਹੁ ਪਾਰਟੀ ਪ੍ਰਣਾਲੀ ਟਿਕ ਕਰਨਾ ਹੈ। ਨੈਕਸਟ ਸਾਡਾ ਕੁਐਸਚਨ ਹੈ ਕਿ ਪੰਚਸ਼ੀਲ ਦਾ ਵਿਚਾਰ ਸੰਬੰਧਿਤ ਹੈ। ਹੁਣ ਪੰਚਸ਼ੀਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਚਸ਼ੀਲ ਇੱਕ ਸਿਧਾਂਤ ਸੀ, ਇੱਕ ਤਰ੍ਹਾਂ ਨਾਲ ਇਹ ਸਮਝੌਤਾ ਸੀਗਾ। ਤਾਂ ਪੰਚਸ਼ੀਲ ਦਾ ਜਿਹੜਾ ਸੰਬੰਧ ਹੈ ਕਿਸ ਨਾਲ ਹੈ, ਉਹ ਭਾਰਤ ਨਾਲ ਹੈ। ਕਲੀਅਰ? ਤਾਂ ਹੋ ਸਕਦਾ ਇਸ ਵਾਰ ਤੁਹਾਨੂੰ ਇਹ ਕੁਐਸਚਨ ਆ ਜਾਏ ਕਿ ਜੋ ਪੰਚਸ਼ੀਲ ਜੋ ਸਮਝੌਤਾ ਸੀ, ਉਹ ਕਿੰਨਾ ਕਿੰਨਾ ਦੇਸ਼ਾਂ ਵਿਚਕਾਰ ਹੋਇਆ ਸੀ। ਇੱਥੇ ਤਾਂ ਸਿਰਫ ਇਹ ਲਿਖਿਆ ਨਾ ਕਿ ਪੰਚਸ਼ੀਲ ਦਾ ਸੰਬੰਧ ਕਿਸ ਨਾਲ ਹੈ, ਤਾਂ ਹੋ ਸਕਦਾ ਤੁਹਾਨੂੰ ਇਸ ਵਾਰ ਕੁਐਸਚਨ ਇਸ ਤਰ੍ਹਾਂ ਦਾ ਬਣ ਜਾਏ ਕਿ ਪੰਚਸ਼ੀਲ ਜੋ ਸਮਝੌਤਾ ਸੀ, ਉਹ ਕਿਹੜੇ ਦੇਸ਼ਾਂ ਵਿਚਕਾਰ ਹੋਇਆ ਸੀ। ਤਾਂ ਪੰਚਸ਼ੀਲ ਜੋ ਸਮਝੌਤਾ ਸੀ, ਉਹ ਭਾਰਤ ਔਰ ਚਾਈਨਾ ਦੇ ਵਿਚਕਾਰ ਹੋਇਆ ਸੀ, ਭਾਰਤ ਅਤੇ ਚੀਨ ਦੇ ਵਿਚਕਾਰ ਜਿਹੜਾ ਪੰਚਸ਼ੀਲ ਸਮਝੌਤਾ ਹੋਇਆ ਸੀ। ਔਰ ਉਸ ਟਾਈਮ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਕਲੀਅਰ? ਤਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਆਵੇ, ਤਾਂ ਤੁਸੀਂ ਉਸਦਾ ਆਂਸਰ ਗਲਤ ਨਹੀਂ ਟਿਕ ਕਰੋਗੇ। ਨੈਕਸਟ ਦੇਖੋ, ਨੈਲਸਨ ਮੰਡੇਲਾ, ਮੋਸਟ ਇੰਪੋਰਟੈਂਟ ਇਹ ਕੁਐਸਚਨ ਹੈ, ਔਰ ਨੈਲਸਨ ਮੰਡੇਲਾ ਇੱਕ ਬਹੁਤ ਹੀ ਗ੍ਰੇਟ ਪਰਸਨੈਲਿਟੀ ਹੈ। ਤਾਂ ਨੈਲਸਨ ਮੰਡੇਲਾ ਕਿਸ ਦੇਸ਼ ਨਾਲ ਸੰਬੰਧਿਤ ਹੈ? ਮੀਨਸ ਨੈਲਸਨ ਮੰਡੇਲਾ ਜੋ ਸੀ, ਉਹ ਕਿਸ ਦੇਸ਼ ਨਾਲ ਸੰਬੰਧ ਰੱਖਦੇ ਸੀ? ਤਾਂ ਉਹ ਫਿਰ ਕਿਸ ਨਾਲ ਰੱਖਦੇ ਸੀ? ਉਹ ਦੱਖਣੀ ਅਫਰੀਕਾ। ਦੇਖੋ, ਇੱਥੇ ਤੁਹਾਨੂੰ ਕਨਫਿਊਜ਼ ਕਰਨ ਲਈ ਦੋ ਆਂਸਰ ਦਿੱਤੇ ਨੇ, ਇੱਕ ਦੱਖਣੀ ਅਮਰੀਕਾ ਔਰ ਇੱਕ ਦੱਖਣੀ ਅਫਰੀਕਾ। ਤਾਂ ਤੁਸੀਂ ਦੱਖਣੀ ਅਮਰੀਕਾ ਬਿਲਕੁਲ ਟਿਕ ਨਹੀਂ ਕਰਨਾ ਇਸਦਾ ਆਂਸਰ, ਤੁਸੀਂ ਇਸਦਾ ਆਂਸਰ ਕਰਨਾ ਹੈ ਦੱਖਣੀ ਅਫਰੀਕਾ, ਕਿ ਜੋ ਦੱਖਣੀ ਅਫਰੀਕਾ ਕੰਟਰੀ ਸੀ, ਉਸ ਨਾਲ ਸੰਬੰਧ ਰੱਖਦੇ ਸੀ। ਨੈਲਸਨ ਮੰਡੇਲਾ ਉੱਥੋਂ ਦੇ ਪਹਿਲੇ ਰਾਸ਼ਟਰਪਤੀ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਊਥ ਅਫਰੀਕਾ, ਜਿੱਥੇ ਗਾਂਧੀ ਜੀ ਨੇ ਵੀ ਬਹੁਤ ਸਾਰਾ ਟਾਈਮ ਸਪੈਂਡ ਕੀਤਾ, ਉੱਥੇ ਵੀ ਬਹੁਤ ਸਾਰਾ ਰੇਸਲ ਡਿਸਕ੍ਰਿਮੀਨੇਸ਼ਨ ਸੀ, ਅਰਥਾਤ ਰੰਗ ਦੇ ਉੱਤੇ ਮਤਭੇਦ ਸੀ, ਗੋਰੇ ਕਾਲੇ ਦਾ ਮਤਭੇਦ ਸੀ। ਤਾਂ ਨੈਲਸਨ ਮੰਡੇਲਾ ਨੇ ਜੋ ਗੋਰੇ ਲੋਕ ਸੀ, ਉਹਨਾਂ ਦੇ ਅਗੇਂਸਟ ਕਾਫੀ ਸਟਰਗਲ ਕੀਤਾ, ਔਰ ਇਹਦਾ ਲਾਸਟ ਦੇ ਵਿੱਚ ਉਹਨਾਂ ਨੇ ਉੱਥੇ ਸਫਲਤਾ ਪ੍ਰਾਪਤ ਕੀਤੀ। ਕਲੀਅਰ? ਤਾਂ ਫਿਰ ਨੈਲਸਨ ਮੰਡੇਲਾ ਜੀ ਜੋ, ਉਹ ਕਿਸ ਦੇਸ਼ ਨਾਲ ਸੰਬੰਧ ਰੱਖਦੇ ਸਨ? ਉਹ ਦੱਖਣੀ ਅਫਰੀਕਾ ਨਾਲ ਸੰਬੰਧ ਰੱਖਦੇ ਸਨ। ਨੈਕਸਟ ਹੈ ਸਾਡਾ ਜਿਹੜਾ ਪ੍ਰਸ਼ਨ ਕਿ ਭਾਰਤੀ ਗਣਤੰਤਰ ਦੇ ਦੂਸਰੇ ਰਾਸ਼ਟਰਪਤੀ ਦੀ ਪਹਿਚਾਣ ਕਰੋ। ਦੇਖੋ ਸਟੂਡੈਂਟ, ਅਕਸਰ ਅਸੀਂ ਜਿਹੜਾ ਸੁਣਦੇ ਹਾਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਾਰੇ, ਪਰੰਤੂ ਇੱਥੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਬਾਰੇ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ ਹੈ ਕਿ ਭਾਰਤ ਦੇ ਦੂਸਰੇ ਰਾਸ਼ਟਰਪਤੀ ਕੌਣ ਸਨ? ਤਾਂ ਭਾਰਤ ਦੇ ਦੂਸਰੇ ਰਾਸ਼ਟਰਪਤੀ ਕੌਣ ਸਨ? ਉਹ ਸਨ ਐੱਸ ਰਾਧਾ ਕ੍ਰਿਸ਼ਨ, ਜਿਸ ਨੂੰ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਵੀ ਬੋਲਦੇ ਹੈ, ਔਰ ਉਹਨਾਂ ਦੇ ਹੀ ਬਰਥਡੇ 'ਤੇ ਅਸੀਂ 5 ਸਤੰਬਰ ਜੋ ਟੀਚਰ ਡੇ ਦੇ ਰੂਪ ਵਿੱਚ ਸੈਲੀਬ੍ਰੇਟ ਕਰਦੇ ਹਾਂ। ਤਾਂ ਆਈ ਥਿੰਕ ਜਿਹੜੇ ਹਰ ਟੀਚਰ ਨੂੰ, ਕਿਉਂਕਿ ਇੱਕ ਟੀਚਿੰਗ ਇਗਜ਼ਾਮ ਹੈ, ਤਾਂ ਇਹ ਤਾਂ ਬੜਾ ਈਜ਼ੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਜੋ ਸੀ, ਉਹ ਇੱਕ ਟੀਚਰ ਸੀ, ਔਰ ਉਹਨਾਂ ਦਾ ਜੋ ਜਨਮਦਿਨ ਹੈ 5 ਸਤੰਬਰ, ਤਾਂ ਉਹਨਾਂ ਨੂੰ ਹੀ ਸਮਰਪਿਤ ਹੈ, ਅਸੀਂ ਟੀਚਰ ਡੇ ਸੈਲੀਬ੍ਰੇਟ ਕਰਦੇ ਨੇ। ਤਾਂ ਉਹ ਸਾਡੇ ਭਾਰਤ ਦੇ ਦੂਸਰੇ ਕੀ ਸੀ? ਦੂਸਰੇ ਰਾਸ਼ਟਰਪਤੀ ਸੀ, ਦੂਸਰੇ ਪ੍ਰੈਜ਼ੀਡੈਂਟ ਸੀ। ਨੈਕਸਟ ਦੇਖੋ, ਨੈਕਸਟ ਉਹਨਾਂ ਨੇ ਪੁੱਛਿਆ ਕਿ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦੀ ਪਹਿਚਾਣ ਕਰੋ। ਤਾਂ ਉਹਨਾਂ ਨੇ ਬੜਾ ਤੁਹਾਨੂੰ ਥੋੜ੍ਹਾ ਜਿਹਾ ਉਲਝਾ ਲਿਆ ਦੋ ਕੁਐਸਚਨ ਦੇ ਕੇ। ਕਲੀਅਰ? ਤਾਂ ਪਹਿਲਾਂ ਉਹਨਾਂ ਨੇ ਕੀ ਪੁੱਛਿਆ ਸੀ? ਪਹਿਲਾਂ ਪੁੱਛਿਆ ਸੀ ਕਿ ਭਾਰਤ ਦੇ ਦੂਸਰੇ ਰਾਸ਼ਟਰਪਤੀ, ਔਰ ਹੁਣ ਉਹਨਾਂ ਨੇ ਪੁੱਛ ਲਿਆ ਕਿ ਭਾਰਤ ਦੇ
पहले जेड़े उपराष्ट्रपति वाइस प्रेसिडेंट पूछा है तो भारत के पहले वाइस प्रेसिडेंट कौन सी, वह भी साढ़े सर्वपल्ली राधाकृष्ण जी सी, एस राधाकृष्ण। देखो याद रखो कि जो राधाकृष्ण जी सी वो भारत के पहले उपराष्ट्रपति सी और भारत के दूसरे राष्ट्रपति सी। क्लीयर हो या? नैक्सट देखो, नैक्सट है बड़ा ईजी जहा क्वेश्चन है कि पंजाब विधानसभा सीटा की गिनती किन्नी है। पंजाब दे विच जिहड़े लैजिस्लेटिव असैम्बली के मैंबर किन्ने ने, MLA किन्ने ने, तो यह तो आई थिंक सारा नूं पता ही है कि 117 मैंबर ने जो पंजाब की विधानसभा है, क्लीयर, उसकी लैजिस्लेटिव असैम्बली है। परंतु नाल ही नाल जेकर तुहाडे तों पुछ लिया जाए कि भारत की जिहड़ियां लोग सभा सीटा किन्नियां ने, तो लोग सभा सीटा भारत दीआं किन्नियां, सॉरी पंजाब दीआं किन्नियां ने, 13 है। और जेकर राज्यसभा सीटा पुछ ले तो फिर 7। लोग सभा सीटा किन्नियां ने? लोग सभा ने 13 और राज्यसभा ने 7 और विधानसभा ने 117। नैक्सट कहता है कि भी सिंध में मोहन जोदड़ो के टिकाने की खुदाई किसने की सी। हुण उन्होंने मोहन जोदड़ो, तुहानू पता होना चाहिए कि मोहन जोदड़ो जो है वह सिंधु घाटी जिसनों आप हड़प्पा सभ्यता बोल दें उसका एक नगर है, और इसकी खोज किसने की सी। तो इसकी खोज किसने की सी? इसकी खोज की सी RD बैनर्जी ने। इसका पूरा नाम राखलदास बैनर्जी है। तो राखलदास बैनर्जी ने जिहड़ी मोहन जोदड़ो की खोज की सी, और कद की सी? 1922 ईस्वी के 1922 ईस्वी के RD बैनर्जी ने मोहन जोदड़ो की खोज की सी, जिसनों राखलदास बैनर्जी भी बोल दें। इस तो इलावा जो मोहन जोदड़े दे विच एक विशाल इशनान कर मिलिया सी, तुहानू वह भी पता होना चाहिए। तुहानू हो सकता है इस बार एग्जाम दे विच एक क्वेश्चन पूछ लिया जाए कि हड़प्पा सभ्यता का जो विशाल इशनान कर जिसनों ग्रेट बात बोल दें किस जगह तो मिलिया, तो मोहन जोदड़ो। इस तो अलावा मोहन जोदड़ो बारे एक चीज़ तुसी होर ध्यान दे विच रखनी है कि मोहन जोदड़ो जो सी उसका शाब्दिक मीनिंग की सी, उसका शाब्दिक अर्थ की सी, वह सी मुरदियां दा टिल्ला। क्लीयर। और जेकर तुहानू हड़प्पा सभ्यता बारे आ जाए कि हड़प्पा की खोज कद हुई सी, तो एक साल पहला हुई सी 1921 ईस्वी दे विच, और उसकी खोज किसने की सी? दया राम सानी ने की सी। तो स्टूडेंट अज के वीडियो दे विच 15 प्रश्न सी। मैनू उम्मीद है कि तुहानू ये प्रश्न काफ़ी पसंद आए होंगे और तुहानू काफ़ी तुहाडे डाउट्स क्लीयर होए होंगे और तुहानू एक अंदाजा लग गया होगा कि किस तरह का PSTET का एग्जाम आता। कहन का मीनिंग है कि जेकर आप थोड़ी जी तैयारी करिए, थोड़ी जी मेहनत करिए, तो एग्जाम कोई टफ नहीं रहता, असं ईजीली इन्हों अच्छे नंबर नाल क्रैक कर सकते हैं। थैंक यू। जेकर साड़ियाँ वीडियो तुम्हें पसंद आ रही हैं तो चैनल सबसक्राइब करो, लाइक करो और कमेंट जरूर करो। थैंक यू।